ਅਕਸਰ ਸਿਆਸਤ ਦੇ ਵਿੱਚ ਸੱਤਾ ਦਾ ਨਸ਼ਾ ਸਿਰ ਚੜ ਕੇ ਬੋਲਦਾ ਹੈ ਤੇ ਲੀਡਰ ਇਸ ਨਸ਼ੇ ਦੇ ਵਿੱਚ ਚੂਰ ਹੋ ਕੇ ਕੀ ਕੁਝ ਬੋਲ ਜਾਣ ਕੋਈ ਨਹੀਂ ਕਹਿ ਸਕਦਾ। ਹੁਣ ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਾਂਗਰਸੀ ਲੀਡਰ ਪੁਲਿਸ ਨੂੰ ਕੁਝ ਅਜਿਹਾ ਹੁਕਮ ਸੁਣਾ ਜਾਂਦੇ ਨੇ ਜਿਸ ਨੂੰ ਸੁਣ ਕੇ ਯਕੀਨ ਨਹੀਂ ਆਉਂਦਾ। ਤੁਸੀਂ ਵੀ ਸੁਣੋ ਇਹ ਵਾਇਰਲ ਵੀਡੀਓ। ਮੋਬਾਈਲ ਵੀ ਲਈ ਸੋਹਣੇ ਨੇ ਜਨਾਨੇ ਵੀ ਚੱਕ ਲਿਆ ਠੀਕ ਹੈ ਧਿਆਨ ਲੈ ਕੇ 307 ਦੇ ਪਰਚਾ ਇਹਨੂੰ ਚੱਕ ਲਿਆ। ਸੁਣਿਆ ਕਿਵੇਂ ਪੁਲਿਸ ਨੂੰ ਹੁਕਮ ਸੁਣਾਇਆ ਜਾ ਰਿਹਾ ਹੈ ਕਿ ਦੂਜੀ ਧਿਰ ਦੀਆਂ ਔਰਤਾਂ ਚੁੱਕ ਲਿਆਓ ਤੇ ਪਰਚਾ ਪਾ ਦਿਓ। ਦਰਅਸਲ ਹਲਕਾ ਘਨੌਰ ਦੇ ਪਿੰਡ ਦੇ ਵਿੱਚ ਦੋ ਧਿਰਾਂ ਦੀ ਲੜਾਈ ਹੋ ਗਈ ਜਿਸ ਤੋਂ ਬਾਅਦ ਜਦੋਂ ਕਾਂਗਰਸੀ ਲੀਡਰ ਇੱਕ ਧਿਰ ਦੀ ਹਮਾਇਤ ਦੇ ਲਈ ਅਤੇ ਹਾਲ ਚਾਲ ਜਾਣਨ ਦੇ ਲਈ ਹਸਪਤਾਲ ਪਹੁੰਚੇ ਤਾਂ ਉਹਨਾਂ ਪਹਿਲਾਂ ਤਾਂ ਦੂਜੀ ਧਿਰ ਦੀਆਂ ਔਰਤਾਂ ਨੂੰ ਚੁੱਕ ਕੇ ਲਿਆਉਣ ਦੀ ਗੱਲ ਕੀਤੀ ਤੇ ਫਿਰ ਪਰਚਾ ਪਾਉਣ ਦੀ ਹਦਾਇਤ ਕਰ ਦਿੱਤੀ। ਖੈਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਧਾਇਕ ਸਾਹਿਬ ਦਾ ਹਾਲੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਤੇ ਕਦੋਂ ਇਸ ਦੇ ਉੱਤੇ ਕੋਈ ਸਪਸ਼ਟੀਕਰਨ ਆਉਂਦਾ ਇਹ ਦੇਖਣਾ ਹੋਵੇਗਾ। ਬਿਊਰੋ ਰਿਪੋਰਟ।